ਮੈਨੂੰ ਲੱਗਦਾ ਕਿ ਸ਼ਰਾਬ ਦਾ ਘਾਟਾ ਜਿਹੜਾ ਸਰਕਾਰ ਨੇ ਚਲਾਨ ਕੱਟ ਕੇ ਲੋਕਾਂ ਤੋਂ ਪੂਰਾ ਕਰਨਾ ਇਹ ਠੀਕ ਨਹੀਂ। ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇ ਕੋਈ ਨਾਰੇ ਲਾਉਂਦਾ ਮੈਂ ਇਹਨੂੰ ਜਿਹੜਾ ਹੈ ਉਹ ਗਲਤ ਨਹੀਂ ਕਹਿੰਦਾ, ਲੇਕਿਨ ਸਮਾਗਮ ਦੇ ਦੌਰਾਨ ਜਿਹੜਾ ਨਾਰੇ ਲਾ ਕੇ ਉਹਨੂੰ ਜਿਹੜਾ ਵਿਘਨ ਪਾਉਣਾ ਇਹ ਠੀਕ ਨਹੀਂ ਹੈ। ਅੱਜ ਵੀ ਭਾਰਤੀ ਸਰਕਾਰ ਦੀ ਜਿਹੜੀ ਪੇਸ਼ਕਾਰੀ ਹੈ ਉਹ ਸਿੱਖ ਵਿਰੋਧੀ ਹੋਈ ਹੈ। ਜਿੰਨੀ ਪੇਸ਼ਕਾਰੀ ਹੁਣ ਤੱਕ ਹੋ ਰਹੀ ਹੈ ਇਹ ਸਿੱਖ ਵਿਰੋਧੀ। ਜੇ ਸਾਨੂੰ ਮਿਲ ਜੇ ਤੇ ਆਹਨਾ ਕੀ ਪਾਲੀ ਚਾਰ ਰੱਖਾਂ। ਇੰਦਰਾ ਗਾਂਧੀ ਵੱਲੋਂ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ। ਦੇਖੋ ਜਿੱਥੋਂ ਖਾਲਿਸਤਾਨ ਦੀ ਮੰਗ ਹੈ ਉਹ ਸਾਰੀ ਗੱਲ ਕੀਤੀ ਹੈ, ਸਿੰਘ ਸਾਹਿਬ ਨੇ ਵੀ ਕਿਹਾ ਅਜੇ ਕੋਈ ਸਾਨੂੰ ਦਿੰਦਾ ਅਸੀਂ ਲੈ ਲਾਂਗੇ, ਅਸੀਂ ਅਜੇ ਇਨਕਾਰ ਕਦੋਂ ਕਰਦੇ ਹਾਂ। ਅੱਜ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਗਈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਭਾਰਤ ਸਰਕਾਰ ਸਿੱਖਾਂ ਨੂੰ ਖਾਲਿਸਤਾਨ ਦੇਵੇਗੀ ਤਾਂ ਦੁਨੀਆ ਦਾ ਕੋਈ ਵੀ ਸਿੱਖ ਨਾ ਨਹੀਂ ਕਰੇਗਾ। ਉਹਨਾਂ ਨੇ ਇਹ ਵੀ ਕਿਹਾ ਜੋ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ ਉਹ ਜਾਇਜ਼ ਹਨ। ਜਹੇਦਾਰ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਅਜੇ ਵੀ ਸਿੱਖਾਂ ਨਾਲ ਚੰਗਾ ਸਲੂਕ ਨਹੀਂ ਕਰ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਉੱਥੇ ਅਸੀਂ ਜੂਨ ਦੇ ਪਹਿਲੇ ਹਫ਼ਤੇ 1984 ਨੂੰ ਹੋਏ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਉਸ ਘੱਲੂਘਾਰੇ ਦੀ ਯਾਦ ਨੂੰ ਮਨਾਉਣ ਦੇ ਲਈ ਇਕੱਠੇ ਹੋਏ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਨੇ, ਉਪਰੰਤ ਦੀਵਾਨ ਹੋਏ ਨੇ, ਅਰਦਾਸ ਹੋਈ ਹੈ। ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਗੁਰੂ ਖਾਲਸਾ ਪੰਥ ਨੂੰ ਵਧਾਈਆਂ ਦੇਣਾ। ਉੱਥੇ ਹੀ 6 ਜੂਨ 1984 ਨੂੰ ਜੋ ਦੁਖਾਂਤ ਵਾਪਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਹਿਤ 35-36 ਗੁਰਦੁਆਰੇ ਸਾਹਿਬਾਨ ਦੇ ਉੱਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਇਸ ਹਮਲੇ ਦੇ ਵਿੱਚ ਸਾਡੀ ਕੌਮ ਦੇ ਬਹੁਤ ਹੀ ਮਹਾਨ ਜਰਨੈਲ ਸੂਰਬੀਰ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸ਼ਹੀਦ ਬਾਬਾ ਅਠਾਰਾ ਸਿੰਘ ਜੀ, ਸ਼ਹੀਦ ਜਨਰਲ ਸੁਬੇਗ ਸਿੰਘ ਜੀ, ਉਹਨਾਂ ਦੀ ਅਸੀਂ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ। ਇਹਨਾਂ ਦੇ ਨਾਲ ਹੀ ਬਹੁਅੰਤ ਸਿੰਘਾਂ ਸਿੰਘਣੀਆਂ ਬਜ਼ੁਰਗ ਬੱਚਿਆਂ ਨੇ ਇਸ ਦਿਨ ਦੇ ਉੱਤੇ ਸ਼ਹਾਦਤਾਂ ਜਿਹੜੀਆਂ ਉਹ ਦਿੱਤੀਆਂ। ਸਿੱਖ ਮਾਨਸਿਕਤਾ ਦੇ ਉੱਤੇ ਇਹ ਹਮਲਾ ਸੀ ਜਿਹੜਾ 1984 ਦੇ ਵਿੱਚ ਹੋਇਆ ਔਰ ਇਹਦੀ ਪੀੜ ਜਿਹੜੀ ਹੈ ਇਹ ਰਹਿੰਦੀ ਦੁਨੀਆ ਤੱਕ ਸਿੱਖ ਕਦੇ ਭੁਲਾ ਨਹੀਂ ਸਕਣਗੇ। ਹਮੇਸ਼ਾ ਹੀ ਇਸ ਘੱਲੂਘਾਰੇ ਨੂੰ ਯਾਦ ਰੱਖਿਆ ਜਾਏਗਾ ਔਰ ਯਾਦ ਰੱਖਿਆ ਜਾਂਦਾ ਹੈ। ਅੱਜ ਵੱਡੀ ਤਾਦਾਦ ਵਿੱਚ ਭਾਵੇਂ ਲੋਕਡਾਊਨ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਆਇਦ ਕੀਤੀਆਂ ਗਈਆਂ ਨੇ, ਪਰ ਫਿਰ ਵੀ ਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦਾਰਿਆਂ ਦੀ ਤਮੰਨਾ ਹੈ, ਲਾਲਸਾ ਹੈ, ਤਾਂਘ ਹੈ ਔਰ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਸਿੱਖ ਅਰਦਾਸ ਵੀ ਕਰਦਾ ਆਪਣੇ ਧਾਰਮਿਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦਾਰਿਆਂ ਦੀ, ਅਤੇ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਔਰ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਅੱਜ ਬੇਅੰਤ ਸੰਗਤ ਜਿਹੜੀ ਹੈ ਉਹ ਦਰਬਾਰ ਸਾਹਿਬ ਵਿਖੇ ਨਹੀਂ ਆ ਸਕੀ, ਪਰ ਜਿੰਨੀ ਵੀ ਆਈ ਹੈ ਸਾਰਿਆਂ ਦਾ ਹੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਅੱਜ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਔਰ ਇਹ ਸਿੱਖ ਮਾਨਸਿਕਤਾ ਦੇ ਉੱਤੇ ਹਮਲਾ ਇਹ ਹਮੇਸ਼ਾ ਹਮੇਸ਼ਾ ਤੱਕ ਯਾਦ ਰੱਖਿਆ ਜਾਂਦਾ ਰਹੇਗਾ। ਮੈਂ ਉੱਥੇ ਵੀ ਕਿਹਾ ਆ ਕਿ ਇਹ ਰੋਕਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, ਪਰ ਸਾਡੀ ਜੇ ਅਸੀਂ ਇੱਕ ਹੋਈਏ, ਇਕੱਠੇ ਹੋਈਏ, ਰਲ ਮਿਲ ਕੇ ਬੈਠੀਏ ਤਾਂ ਸ਼ਾਇਦ ਇਹ ਰੋਕਾਂ ਜਿਹੜੀਆਂ ਉਹ ਨਾ ਲੱਗੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ, ਪ੍ਰਧਾਨ ਜੀ ਬੈਠੇ ਨੇ, ਇਹਨਾਂ ਨੂੰ ਬਾਅਦ ਮੈਨੂੰ ਲੱਗਦਾ ਕਿ ਸ਼ਰਾਬ ਦਾ ਘਾਟਾ ਜਿਹੜਾ ਸਰਕਾਰ ਨੇ ਚਲਾਨ ਕੱਟ ਕੇ ਲੋਕਾਂ ਤੋਂ ਪੂਰਾ ਕਰਨਾ ਹੈ ਇਹ ਠੀਕ ਨਹੀਂ ਹੈ। ਮੈਨੂੰ ਲੱਗਦਾ ਕਿ ਦੇਖੋ ਵੱਖਰੇ 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 ਵਿਦਵਾਨਾਂ ਨੇ, ਵੱਖਰੇ ਵੱਖਰੇ ਅੱਖੀਂ ਦੇਖਣ ਵਾਲਿਆਂ ਨੇ, ਹੰਡੀ ਹੰਡਾਉਣ ਵਾਲਿਆਂ ਨੇ ਕਿਤਾਬਾਂ ਲਿਖੀਆਂ, ਅਤੇ ਇੱਕ ਐਸਾ ਵਿਦਵਾਨਾਂ ਦਾ ਪੈਨਲ ਬਣਾ ਕੇ ਇਹਦੇ ਉੱਤੇ ਇੱਕ ਦਸਤਾਵੇਜ਼ ਤਿਆਰ ਹੋਣਾ ਚਾਹੀਦਾ, ਕਿਉਂਕਿ ਅਜੇ ਵੀ ਹੱਡੀ ਹੰਡਾਉਣ ਵਾਲੇ ਇਸ ਸਾਕੇ ਨੂੰ ਉਹ ਮੌਜੂਦ ਨੇ, ਅਤੇ ਸਮਾਂ ਜਿਹੜਾ ਹੈ ਉਹ ਤੇਜ਼ੀ ਨਾਲ ਲੰਘਦਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾਂਗੇ ਕਿ ਵਿਦਵਾਨਾਂ ਨੂੰ ਦਾ ਇੱਕ ਪੈਨਲ ਬਣਾ ਕੇ ਇੱਕ ਵੱਡਾ ਦਸਤਾਵੇਜ਼ ਜਿਹੜਾ ਇਸ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਤਿਆਰ ਕਰਵਾ ਕੇ ਜਿਹੜਾ ਰੱਖਿਆ ਜਾਵੇ, ਸਾਰੇ ਇਤਿਹਾਸ ਨੂੰ ਫਰੋਲਿਆ ਜਾਏ, ਸਾਰੇ ਜਿਹਨੇ ਜਿਨ੍ਹਾਂ ਨੇ ਹੱਡੀ ਹੰਡਾਇਆ ਉਹਨਾਂ ਦੇ ਬਿਆਨ ਕਲਮਬੱਧ ਕੀਤੇ ਜਾਣ,
इंटरव्यू कई ने कीतियां ने वाहिगुरू नूं प्यारे हो चुके ने उन्हां जिहड़ा परतोलिया जाए तो एक वड्डा दस्तावेज जिहड़ा है तैयार होना चाहिए तो उन्हें फिर सारिया भाषावां दे विच छपवा के दुनिया भर दे विच पहुँचाया जाना चाहिए। देखो कौम के अंदर जोश हैगा उस जोश नूं प्रगट करन दे लई समागम की समाप्ति तो बाद जे कोई नारे लाउंदा मैं इहनूं जिहड़ा है वह गलत नहीं कहिंदा लेकिन समागम के दौरान जिहड़ा है नारे ला के उन्हूं जिहड़ा विघन पाउणा इह इह ठीक नहीं है। बाद दे विच कोई अगर नौजवान साडे जोश च आ के लाउंदे आ तो मैं इहनूं जिहड़ा बिल्कुल भी गलत नहीं कहूंगा। छत्तीस साल देखो अज भी भारतीय सरकार की जिहड़ी पेशकारी है वो सिख विरोधी हुई है जिन्नी पेशकारी हुण तक हो रही है ये सिख विरोधी है। खालिस्तान के अंदर सरकार ने धार्मिक स्थान खोलने का फैसला किया पर पंजाब सरकार वालों हले तक कोई फैसला नहीं। देखो केंद्र सरकार ने फैसला किया धार्मिक स्थान खोलन का उसका स्वागत है तो पंजाब सरकार को भी धार्मिक स्थान 8 तरीक को खोलने चाहिए है क्योंकि मैं पहला भी कह चुका कि सिख खुले दर्शन दारियां की तांग रखता तो इसलिए सचखंड श्री हरिमंदर साहब जी के खुले दर्शन होन संगतां नूं रोक ना होवे इहो ही बस असी जे सानूं मिल जाए तो अन्ना की भाली चार रखा। प्रधान जी बैठे है ज्यादा जानकारी इन्हां नूं है देखो देखो बेगमपुरा की नियो जी है वह तो गुरु नानक साहब ने रखती है गुरु हरगोबिंद साहब सच्चे पातशाह ने श्री अकाल तख्त साहब की सिरजना की है ये बहुत वड्डा साडा एक महान स्वतंत्र संकल्प है। मैं कह दिता है कि जो भारत सरकार दिंदी है सानू तो असी लवांगे जो सानू देगी तो असी लवांगे दुनिया भर के सिख है जिहड़ा नहीं इच्छा रखता। संतां दी जिंदा सोच नूं जिंदा रखना जिहड़ा है बड़ा जरूरी है उहदे लई मैं कह रहा कि इतिहास जिहड़ा है उहनूं कलमबद्ध करना बड़ा जरूरी है कि उस वक्त की होया की नहीं होया की उहनां दी सोच सी इह जरूरी। नाल ही इत्थे श्रोमणी कमेटी के प्रधान भाई साहब लौंगोवाल ने भी जो जून 1984 इंदिरा गांधी वालों श्री अकाल तख्त साहब प्रकाश पुरब दिया समूह संगतां नूं बहुत बहुत बधाइयां और दूसरा हर साल की तरह श्रोमणी गुरद्वारा प्रबंधक कमेटी वालों ये 84 जून का घल्लूघारा दिवस जिहड़ा है ये मनाया जाता है क्योंकि जो 84 जून दे विच हिंदुस्तान की कांग्रेस सरकार वालों इंदिरा गांधी वालों जो श्री अकाल तख्त साहब के उत्ते अटैक किया गया श्री अकाल तख्त साहब नूं ढह ढेरी किया गया और सचखंड श्री हरिमंदर साहब के उत्ते गोलियां मारियां गईयां सो उन्हां महान शहीद की याद दे विच क्योंकि उस इत्थे गुरु अर्जन देव साहिब महाराज के शहीदी पुरब नूं मुख रखदे होए बहुत सारिया संगतां इत्थे आईयां सन उन्होंने बच्चे बुढ़े बीबियां उन्होंने सारिया नूं और उस समय की सरकार ने दी जिहड़ी फौज ने शहीद कर दिता गया। सो इस तों इलावा कौम के महान जरनैल संत बाबा जरनैल सिंह जी भिंडरांवाले ते उन्हां दे सारे साथियां भाई अमरीक सिंह जी संत बाबा ठारा सिंह जी और जनरल जवेद सिंह जी ने शहीदियां प्राप्त कीतियां उन्हां सारियां महान शहीदां नूं याद करन दे वास्ते हर साल श्री अकाल तख्त साहिब दे उत्ते समागम किए जाते हैं और श्री अखंड पाठ साहिब दे भोग पाए जाते हैं। सो इस साल भी संगतां ने सारा वो समागम जिहड़ा है मनाया है भावें लॉकडाउन होण करके खुले तौर पर सारिया संगतां नहीं पहुँच सकियां और बहुत सारिया संगतां आईया ने बहुत सारिया संगतां ने अपने घरां दे विच ही रह के इन्हां महान शहीदां नूं
और श्रद्धांजलि भेंट की है। गुरु अगे अरदास की है, सिख पंथ की चढ़ती कला की अरदास की है। मैं समुचिया सिख संगतां दा समुचिया जथेबंदियों का सारे का बहुत बहुत धन्यवाद करदा कि सारे ने बहुत बड़ा जिहड़ा इह घल्लूकारा दिवस के सहयोग दिता है। मैं सारे का बहुत बहुत धन्यवादी हाँ। जी सिखा की नुमाइंदा जथेबंदी श्रोमणी गुरद्वारा प्रबंधक कमेटी की नुमाइंदगी करते हो, श्रोमणी कमेटी वालों सिखा की हरेक मंग नूं भारत सरकार अगे रखा जाता कि खालिस्तान की मंग भारत सरकार अगे रखी जाएगी लिखी रूप च? देखो गल है, श्रोमणी कमेटी का अपना कोई एजेंडा होंदा है, अपना प्रोग्राम होंदा है। जो श्रोमणी गुरुद्वारा प्रबंधक कमेटी के प्रोग्राम होंदे ने जां उन्हां दे मसले होंदे ने वह हमेशा असीं जिहड़ी है भारत सरकार होवे पंजाब सरकार होवे उहदे अग्गे रखदे हां। खालिस्तान की मंग आपां रखांगे उहदे बारे सारा तुहानूं स्पष्ट करता सिंह साहब ने ते वो बार बार गल्लां नहीं आपां कर सकते। श्रोमणी कमेटी दी श्रोमणी कमेटी दी जिहड़ी खालिस्तान वालों जिहड़ी मंग कीती जा रही सिखां वालों उह जायज़ है क्योंकि देश देश दीआं सिखां चाहुंदी? देखो जितों खालिस्तान की मंग है वो सारी गल की है, सिंह साहब ने भी कहा जे कोई सानू दिंदा असीं लै लांगे, इनकार कदों करते हैं? अमृतसर तो साजन चौहान की रिपोर्ट।